ਸ਼ਮਸ਼ਾਨ ਘਾਟ ਨੂੰ ਕਿਹੜਾ ਦਰਵਾਜ਼ਿਆਂ ਦੀ ਜ਼ਰੂਰਤ ਹੈ ਇੱਥੇ ਕਿਹੜਾ ਰਾਤ ਨੂੰ ਮੁਰਦੇ ਉੱਠ ਕੇ ਸ਼ਮਸ਼ਾਨ ਘਾਟ ਤੋਂ ਬਾਹਰ ਭੱਜਦੇ ਨੇ ਜਾਂ ਫਿਰ ਭੂਤਾਂ ਨੂੰ ਗੇਟਾਂ ਦੀ ਜ਼ਰੂਰਤ ਹੈ ਕਿਤੇ ਕੋਈ ਬਾਹਰੋਂ ਅੰਦਰ ਨਾ ਆ ਜਾਵੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਇਹ ਕੀ ਗੱਲ ਹੋ ਰਹੀ ਹੈ ਇਤਿਹਾਸਾ ਵੀ ਜ਼ਰੂਰ ਆ ਰਿਹਾ ਹੁਣ ਪਰ ਇਹ ਸੋਚ ਰੱਖੀ ਹੈ ਨਸ਼ੇੜੀ ਚੋਰਾਂ ਨੇ ਜਿਨ੍ਹਾਂ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਸ਼ਮਸ਼ਾਨ ਘਾੜ ਦੇ ਗੇਟ ਹੀ ਚੋਰੀ ਕਰ ਲਏ ਜੀ ਹਾਂ ਚੋਰੀਆਂ ਤਾਂ ਤੁਸੀਂ ਬਹੁਤ ਦੇਖੀਆਂ ਤੇ ਸੁਣੀਆਂ ਹੋਣਗੀਆਂ ਪਰ ਹੁਣ ਨਸ਼ੇੜੀ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗੇ ਨੇ ਭਾਵੇਂ ਕਿ ਰਾਤ ਦੇ ਸਮੇਂ ਸ਼ਮਸ਼ਾਨ ਘਾੜ ਨੂੰ ਕੋਈ ਮੂੰਹ ਨਹੀਂ ਕਰਦਾ ਪਰ ਚੋਰਾਂ ਵੱਲੋਂ ਸ਼ਮਸ਼ਾਨ ਘਾੜ ਦੇ 8 ਕੁਆਂਟਲ ਦੇ ਗੇਟ ਚੋਰੀ ਕਰਕੇ ਰਹੁ ਚੱਕਰ ਹੋ ਗਏ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਸਾਥ ਦੇਵੇ। ਜੀ ਮੈਂ ਭਰਪੂਰ ਸਿੰਘ ਡਾਇਰੈਕਟਰ ਸੈਂਟਰਲ ਕੋਰਪੋਰੇਟ ਬੈਂਕ ਪਟਿਆਲਾ ਹੁਣ ਅਸੀਂ ਖੜਿਆ ਲਵਾਨਾ ਕਰਮਉਦੇਸ਼ ਸ਼ਮਸ਼ਾਨ ਘਾਟ 'ਚ। ਇੱਥੇ ਸਮੈਕ ਵਾਲਿਆਂ ਨੇ ਚਿੱਟੇ ਵਾਲਿਆਂ ਨੇ ਰਾਤ ਕਿਤੇ ਗੇਟ ਖੋਲ੍ਹ ਲੇ ਸ਼ਮਸ਼ਾਨ ਘਾਟ ਦੇ ਜਿੱਥੇ ਕਿ ਸਾਰਿਆਂ ਨੂੰ ਪਤਾ ਵੀ ਇੱਥੇ ਅਖੀਰ ਸਾਰਿਆਂ ਨੂੰ ਆਉਣਾ ਪੈਣਾ। ਅਰ ਇਹ ਚਿੱਟੇ ਦਾ ਇੰਨਾ ਪਰਮਾਰ ਹੋ ਗਿਆ ਕਿ ਚਿੱਟੇ ਦੀ ਚਿੰਗਾਰੀ ਹਰ ਇੱਕ ਘਰ 'ਚ ਜਾਣ ਲਈ ਤਿਆਰ ਹੋਊਗੀ ਅਤੇ ਸਰਕਾਰ ਨੂੰ ਅਸੀਂ ਇਸ ਬਾਰੇ ਕਹਿਣਾ ਸੁਝਾਅ ਦੇਣਾ ਚਾਹੁੰਦੇ ਆ ਜਿੱਨਾਂ ਚਿਰ ਪੰਚਾਇਤਾਂ ਨੂੰ ਉਤਸ਼ਾਹ ਨਹੀਂ ਕੀਤਾ ਜਾਂਦਾ 73ਵੀਂ 74ਵੀਂ ਸੋਧ ਮੁਤਾਬਕ ਇਹਨਾਂ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਅਰੇ ਤੇ ਸਰਪੰਚ ਉਤਸ਼ਾਹਤ ਨਹੀਂ ਹੁੰਦੇ ਹੈਗੇ ਇਹ ਤਾਂ ਉਹਨਾਂ ਚਿਰ ਨਹੀਂ ਰੁਕ ਸਕਦਾ ਇਹ ਅਰੇ ਸਰਪੰਚਾਂ ਨੂੰ ਮਾਨ ਸਨਮਾਨ ਥਾਣਿਆਂ ਚ ਦਫ਼ਤਰਾਂ ਚ ਮਿਲਣਾ ਚਾਹੀਦਾ ਸਰਪੰਚ ਤਾਂ ਇੱਥੋਂ ਤੱਕ ਰਹੋਗੇ ਕਿ ਵੀਡੀਓ ਦਫ਼ਤਰੋਂ ਬਟਨੋਂ ਡਰਨ ਲੱਗੇ ਇਹ ਇਹ ਜਿਹੜੀ ਰਿਸਮਤ ਦੀ ਚਿੰਗਾਰੀ ਆ ਇਹ ਵੀ ਘਰ 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 ਗਈ ਅਰੇ ਜਿਹੜਾ ਨਸ਼ੇ ਦਾ ਰੁਪਈਆ ਤੇ ਚਿੱਟਾ ਇਹ ਵੱਧ ਰਿਹਾ ਘਟਣ ਦੀ ਬਜਾਏ ਪਿਛਲੀਆਂ ਸਰਕਾਰਾਂ ਟਾਈਮ ਪੁਲਿਸ ਦੀ ਨਾਫਰੀ ਭਰਤੀ ਨਾ ਹੋਣ ਕਾਰਨ ਆਹ ਸਰਕਾਰ ਨੇ ਪੁਲਿਸ ਦੀ ਭਰਤੀ ਦਾ ਜਰੂਰ ਕਰੀਆ ਪਰ ਜੇ ਥਾਣਿਆਂ ਜਾਂਦੇ ਆ ਥਾਣਿਆਂ 'ਚ ਹਜੇ ਵੀ ਨਾਫਰੀ ਘਟਾ ਕੁਸਤਾ ਪੁਲਸ ਥਾਣਿਆਂ ਦੀ ਅਰ ਹਾਈ ਕੋਰਟਾਂ 'ਚ ਤੂਰੀ ਰਹਿੰਦੀ ਆ ਕੋਟਾਂ 'ਚ ਤੂਰੀ ਰਹਿੰਦੀ ਆ ਅਤੇ ਕੁਸ ਪੁਲਸ ਡਿਊਟੀਆਂ ਤੇ ਵੀਆਈਪੀ ਡਿਊਟੀ ਲੱਗੀ ਰਹਿੰਦੀ ਆ ਨਾਫਰੀ ਘਟ ਹੋਣ ਕਰਕੇ ਦੀ ਸਰਕਾਰ ਨੂੰ ਸੁਝਾ ਦੇਣਾ ਚਾਹੁੰਦੇ ਆ ਵੀ ਪੁਲਿਸ ਦੀ ਭਰਤੀ ਹੋਰ ਵਧਾਈ ਜਾਵੇ ਅਤੇ ਸਰਪੰਚਾਂ ਪੰਚਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਤਾਂ ਕਿ ਜੋ ਪਿੰਡ ਪੱਧਰ ਤੇ ਇਹ ਮਹਿਮ ਚਲਾਈ ਜਾ ਸਕੇ ਦੇਖੋ ਜੀ ਇਹ ਸਰਕਾਰ ਨੂੰ ਅਸੀਂ ਇਹ ਵੀ ਸੁਝਾ ਦੇਣਾ ਚਾਹੁੰਦੇ ਆ ਵੀ ਪਿੰਡ ਪਿੰਡ ਸਟੇਡੀਅਮ ਬਣਨ ਔਰ ਬੱਚੇ ਖੇਡਣ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਕਿ ਨਸਿਆਂ ਦੀ ਰੁਚੀ ਘਟ ਸਕੇ ਬੱਚਿਆਂ ਚ ਦੇਖੋ ਜੀ ਸਾਡੇ ਪਿੰਡ ਜਿਹੜੀ ਇਹ ਚੋਰੀ ਹੋਈ ਆ ਮੈਨੂੰ ਪਤਾ ਲੱਗਿਆ ਕੱਲ ਇਥੇ ਮਲਕੀਤ ਵਾਲਿਆਂ ਦੀ ਇੰਡਸਟਰੀ ਆ ਉਥੋਂ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਜੋ ਕੋਈ ਮੇਰੇ ਪਿੰਡ ਦੇ ਹੀ ਨੌਜਵਾਨ ਦੱਸੇ ਜਾਂਦੇ ਨੇ ਅਰੇ ਤਾਂ ਹੀ ਰੁਕ ਸਕਦਾ ਜੇ ਪੰਚ ਸਰਪੰਚ ਤੇ ਨੰਬਰਦਾਰ ਉਸਾਰਤ ਹੋਣ ਤੇ ਪੁਲਿਸ ਦਾ ਸਹਿਯੋਗ ਦੇਣ ਇਹ ਆਇਆ ਜੀ ਉਰੇ ਚਿੱਟੇ ਦਾ ਨਸ਼ਾ ਬਹੁਤ ਵੱਧ ਗਿਆ ਸਾਡੇ ਪਿੰਡਾਂ ਦੇ ਵਿੱਚ ਇਹ ਸਰਕਾਰ ਨੂੰ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਤੇ ਗਰਾਊਂਡ ਬਣਨ ਪਿੰਡਾਂ ਦੇ ਵਿੱਚ ਨੌਜਵਾਨ ਖੇਡਾਂ ਵੱਲ ਧਿਆਨ ਦੇਣ ਹੁਣ ਨਾ ਸਾਡੇ ਪਿੰਡ ਚ ਕੋਈ ਗਰਾਊਂਡ ਆ ਨਾ ਕੋਈ ਖੇਡਣ ਦਾ ਕੋਈ ਪ੍ਰਬੰਧਾ ਸਾਡੇ ਤਿੰਨ ਸਰਕਾਰਾਂ ਬਣੀਆਂ ਨੇ ਆਪਣੇ ਕਾਲੀਦਾਲ ਦੀ ਕਾਂਗਰਸ ਦੀ ਤੇ ਹੁਣ ਆਪਣੇ ਝਾੜੂ ਵਾਲੇ ਨੇ ਸਾਡੇ ਪਿੰਡ ਕਿਸੇ ਸਰਕਾਰ ਨੇ ਕਿਸੇ ਵੀ ਮੰਤਰੀ ਨੇ ਗਰਾਊਂਡ ਨਹੀਂ ਦਿੱਤਾ ਸਾਡੇ ਪਿੰਡ ਨੂੰ ਕਿਉਂਕਿ ਸਾਡੇ ਪਿੰਡ ਚ ਗਰਾਊਂਡ ਹੋਵੇ ਇਹ ਜਦੋਂ ਨਸ਼ੇ ਖਤਮ ਹੋਣਗੇ ਨੌਜਵਾਨ ਆਪੇ ਰੋਜ਼ਗਾਰ ਤੇ ਜਾਂ ਖੇਡਾਂ ਵੱਲ ਧਿਆਨ ਦੇਣਗੇ ਜੀ ਜਿਹੜੇ ਨੌਜਵਾਨਾਂ ਵੱਲੋਂ ਇਹ ਕਾਰਾ ਕੀਤਾ ਗਿਆ ਇਹਦੇ ਵਿੱਚ ਹੱਤ ਪਿੰਡ ਦੇ ਨੌਜਵਾਨ ਇਹ ਬਹੁਤ ਨਿੰਦਣਯੋਗ ਗੱਲ ਆ ਜੀ ਇਹ ਜਿ ਸਮਸ਼ਾਨ ਘਾੜ ਤੋਂ ਦੇਖ ਲੋ ਸਾਡੇ ਆ ਲੈ ਕੇ ਲਾ ਕੇ ਫਿਰ ਮੋਟਰਾਂ ਤੋਂ ਤਾਰਾਂ ਲਾ ਕੇ ਲੈ ਕੇ ਜਾਂਦੇ ਨੇ ਜੀ ਸਕੂਲ ਦੇ ਵਿੱਚੋਂ ਭਾਂਡੇ ਲੈ ਕੇ ਸਿਲੰਡਰ ਲੈ ਕੇ ਚੱਕੇ ਇਹ ਬਹੁਤ ਮਾੜੀ ਗੱਲ ਹੋ ਰਹੀ ਆ ਜੀ ਇਹ ਸਰਕਾਰ ਨੂੰ ਇਹਦੇ ਬੱਸ ਧਿਆਨ ਦੇਣਾ ਚਾਹੀਦਾ ਬਾਕੀ ਨੌਜਵਾਨ ਪਿੰਡ ਦੇ ਕਮੇਟੀਆਂ ਬਣਨਾ ਤੇ ਵਿੱਚ ਨਸ਼ੇ ਵਾਲੇ ਵੀ ਨੇ ਸਾਡੇ ਪਿੰਡ ਦੇ ਕਿਹੜੇ ਨਸ਼ੇ ਕਰਦੇ ਨੇ ਨੌਜਵਾਨ ਵਿੱਚ ਗਲਤ ਰਾਹ ਤੇ ਗਏ ਹੋਏ ਨੇ ਉਹ ਵੀ ਗਲਤ ਕੰਮ ਕਰਦੇ ਨੇ ਜੀ ਬਹੁਤ ਦੁਖੀ ਕਰੇ ਪਿਆ ਜੀ ਉਰੇ ਮੋਟਰਾਂ ਦੇ ਗੇਟ ਨਹੀਂ ਛੱਡੇ ਇੱਧਰ ਆਪਣੇ ਬੜੇ ਰੋਡ ਤੇ ਕਦੇ ਟਰੱਕ ਭਰਿਆ ਜੀ ਗੇਟਾਂ ਦਾ ਲੋਹੇ ਦਾ ਕੁਝ ਨਹੀਂ ਛੱਡਿਆ ਜਿੰਦਾ ਵੀ ਨਹੀਂ ਛੱਡਿਆ ਉਹਨਾਂ ਨੇ ਸਾਰਾ ਕੁਝ ਭਰ ਕੇ ਲੈ ਗਏ ਜੀ ਇਹ ਜਿਹੜੇ ਗੇਟ ਸੀ ਕਿੰਨੇ ਕੁ ਮੰਟਲ ਦੇ ਹੋਣਗੇ ਅੰਦਾਜ਼ਾ ਇਹ ਹੁਣ ਗਈ 7-8 ਕੁ ਮੰਟਲ ਦੇ ਗੇਟ ਜੀ ਵਧੀਆ ਨਰੋਏ ਗੇਟ ਤੇ ਹੀ ਇਹ ਇਹ ਇੱਕ ਅੱਦੇ ਬੰਦੇ ਦਾ ਕੰਮ ਤਾਂ ਹੈ ਨਹੀਂ ਕਈ ਬੰਦੇ ਨਹੀਂ ਜੀ ਇਹ ਟੈਂਪੂ ਭਰਦੇ ਨੇ ਇਹ ਪਹਿਲਾ ਮਸਾਂ ਲਾਇਗਾ ਇਹਨੇ ਖੋਲ ਕੇ ਜੀ ਸਾਡੇ ਹੋ ਗਏ ਸਾਲ ਕ ਦੀ ਗੱਲ ਆ ਜੀ ਜਮੀ ਚੌਂਕ ਦੇ ਵਿੱਚੋਂ ਜੀ ਖੈਰ ਚੋਰਾਂ ਨੇ ਤਾਂ ਵਾਕੇ ਹੀ ਆਤੰਕ ਮਚਾਇਆ ਹੋਇਆ ਹੁਣ ਤਾਂ ਬਸ ਚੋਰਾਂ ਨੂੰ ਸਮਾਂ ਨਜ਼ਰ ਆਉਣਾ ਚਾਹੀਦਾ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ